ਇਸ ਲੈਕਚਰ ਵਿੱਚ ਮੈਂ ਅਰਨਫੈਸਟ ਥਿਓਰਮ ਬਾਰੇ ਗੱਲ ਕਰਨ ਜਾ ਰਿਹਾ ਹਾਂ ਅਤੇ ਉਹ ਤੁਹਾਨੂੰ ਇਹ ਦੱਸ ਦਿੰਿਆ ਹਨ ਕਿ ਕਿਵੇਂ ਟਾਈਮ ਦੇ ਨਾਲ ਵੀ ਅਤੇ ਐਕਸ ਦੀ ਐਕਸਪੈਕਟੇਸ਼ਨ ਵੈਲਿਊ ਬਦਲਦੀ ਹੈ ਅਤੇ ਇਹ ਥਿਓਰਮਾ ਤੁਹਾਨੂੰ ਦੱਸਦੀਆਂ ਹਨ ਕਿ ਟਾਈਮ ਦੇ ਨਾਲ ਪੀ ਅਤੇ ਐਕਸ ਦੀ ਐਕਸਪੈਕਟੇਸ਼ਨ ਵੈਲਿਊ ਕਿਵੇਂ ਬਦਲਦੀ ਹੈ ਅਤੇ ਉਹਨਾਂ ਨੇ ਇਸ ਦਾ ਕੁਝ ਅਰਥ ਦਿੱਤਾ ਹੈ ਜਿਸ ਦਾ ਅਸੀਂ ਅਨੁਮਾਨ ਲਗਾ ਰਹੇ ਹਾਂ ਇਸ ਲਈ ਯਾਦ ਕਰੋ ਕਿ ਐਕਸਪੈਕਟੇਸ਼ਨ ਵੈਲਿਊ ਐਕਸ ਨੂੰ ਇੰਟੀਗ੍ਰੇਸ਼ਨ ਸਾਈ ਐਕਸ ਟੀ ਮੋਡ ਸਕੁਅਰ ਐਕਸ ਡੀ ਐਕਸ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਅਸੀਂ ਪਹਿਲਾਂ ਕਿਹਾ ਸੀ ਕਿ ਇਹ ਐਕਸ ਦੀ ਐਵਰੇਜ ਵੈਲਿਊ ਵਾਂਗ ਹੈ ਅਤੇ ਇਸੇ ਤਰ੍ਹਾਂ ਪੀ ਦੀ ਐਵਰੇਜ ਵੈਲਿਊ ਨੂੰ ਇੰਟੀਗ੍ਰੇਸ਼ਨ ਸਾਈ سٹਾਰ ਐਕਸਟੀ ਐਕਸ ਕਰੋਸਓਵਰ ਆਈਡੀ ਸਾਈ ਓਵਰ ਡੀਟੀਡੀ ਐਕਸ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਅਸੀਂ ਕਿਹਾ ਕਿ ਇਹ ਵੇਵ ਫੰਕਸ਼ਨ ਸਾਈ ਅਵਸਥਾ ਵਿੱਚ ਇੱਕ ਪਾਰਟੀਕਲ ਲਈ ਮੋਮੈਂਟਮ ਦੀ ਐਵਰੇਜ ਵੈਲਿਊ ਵਾਂਗ ਹੈ ਅਰਨਫੈਸਟ ਥਿਉਰਮ ਤੁਹਾਨੂੰ ਇਹ ਦੱਸਦੀ ਹੈ ਕਿ ਇਸ ਦਾ ਵਦੇਰੇ ਅਰਥ ਹੈ ਅਤੇ ਇਹ ਦਰਸਾਉਂਦੀ ਹੈ ਕਿ पीनु डीटी द्वारा एमडीएक्स ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਹ ਐਮ ਵੀ ਵਾਂਗ ਹੈ ਪੀਡੀ ਐਕਸਪੈਕਟੇਸ਼ਨ ਵੈਲਿਊ ਜੋ ਕਿ ਐਵਰੇਜ ਮੋਮੈਂਟਮ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਐਕਸ ਦੀ ਐਵਰੇਜ ਵੈਲਿਊ ਦਾ ਐਮਡੀਡੀਟੀ ਹੈ ਇਹ ਪਹਿਲਾ ਥਿਉਰਮ ਹੈ ਦੂਜਾ ਤੁਹਾਨੂੰ ਪੀ ਦੀ ਤਬਦੀਲੀ ਦੀ ਦਰ ਬਾਰੇ ਦੱਸਦੀ ਹੈ ਅਤੇ ਇਹ ਦੱਸਦੀ ਹੈ ਕਿ ਜੇਕਰ ਮੈਂ -dv/dx ਐਕਸਪੈਕਟੇਸ਼ਨ ਵੈਲਿਊ ਲੈਂਦਾ ਹਾਂ ਜੋ ਕਿ ਸਾਹਮਣੇ ਵਾਲੇ -ਸਾਈਨ ਲਈ ਪੋਟੈਂਸ਼ੀਅਲ ਵੀ ਦਾ ਡੈਰੀਵੇਟਿਵ ਹੈ ਜੋ ਕਿ ਬਲ ਹੈ a p ਦੀ ਐਵਰੇਜ ਵੈਲਿਊ ਦੇ dt ਦੁਆਰਾ d ਦੇ ਬਰਾਬਰ ਹੈ ਇਹ ਸਾਨੂੰ ਦੁਬਾਰਾ ਦੱਸਦੀਆਂ ਹਨ ਕਿ ਇਹ ਐਕਸਪੈਕਟੇਸ਼ਨ ਵੈਲਿਊਸ ਪਹਿਲਾਂ ਪਰਿਭਾਸ਼ਿਤ ਕੀਤੀਆਂ ਗਈਆਂ ਦੇ ਸਮਾਨ ਹਨ ਜਦੋਂ ਅਸੀਂ ਹਾਈਜ਼ਨਬਰਗ ਦੇ ਇਕੁਇਵੈਲੈਂਸ ਬਾਰੇ ਗੱਲ ਕਰਦੇ ਹਾਂ ਅਤੇ ਇਸ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਸਟੇਟ ਸਾਈਨ ਵਿੱਚ ਇੱਕ ਪਾਰਟੀਕਲ ਦੀ ਐਵਰੇਜ ਪੋਜੀਸ਼ਨ ਅਤੇ ਐਵਰੇਜ ਮੋਮੈਂਟਮ ਹੋਣ ਦਾ ਇੱਕ ਮਤਲਬ ਹੈ ਆਓ ਹੁਣ ਇਹਨਾਂ ਨੂੰ ਸਾਬਤ ਕਰੀਏ ਐਕਸ ਐਵਰੇਜ ਹੋਰ ਕੁਝ ਨਹੀਂ ਬਲਕਿ ਇੰਟੀਗ੍ਰੇਸ਼ਨ ਸਾਈ_*ਐਕਸਾਈਡੀਐਕਸ ਅਤੇ ਡੀ ਬਾਈ ਡੀਟੀ ਆਫ x ਹੈ ਇਸ ਲਈ ਇਹ ਇੰਟੀਗ੍ਰੇਸ਼ਨ d psi star by dt x i d x plus integration psi star x d x i d psi by dt dx ਨੋਟਿਸ ਕਰੋ ਕਿ ਜੇਕਰ ਅਸੀਂ ਟਾਈਮ ਵਿੱਚ x ਅਤੇ p ਦੀ ਐਕਸਪੈਕਟੇਸ਼ਨ ਵੈਲਿਊ ਵਿੱਚ ਬਦਲਾ ਬਾਰੇ ਗੱਲ ਕਰ ਰਹੇ ਹਾਂ ਤਾਂ ਵੇਵ ਫੰਕਸ਼ਨ ਜ਼ਰੂਰੀ ਤੌਰ ਤੇ ਟਾਈਮ ਤੇ ਡਿਪੈਂਡੈਂਟ ਹੋਣਾ ਚਾਹੀਦਾ ਹੈ एक स्टेशनरी अवस्था यह चीजा विच नहीं बदल दया जिमें असी पहला दिखाया है क्योंकि प्रोबेबिलिटी डेंसिटी समय तो इंडिपेंडेंट है हूँ मैं जानता हाँ कि आई एच करोसडी सईवर डीटी होर कुछ नहीं बल्कि माइनस एक्स करोस स्कर ओवर टू एम डी टू सईओवर डीएक्र प्लस बी एक्स सई माइनस करोस करोसडी सई स्टार ओवर डीटी बराबर है माइनस एच करोस स्कुअर ओवर टू एम v2 sin star over dx square plus v x sin star de mai d by dt of x बराबर है हासिल ਕਰਨ ਲਈ ਇਹਨਾਂ વેਲਿਊਸ ਨੂੰ ਉੱਪਰ ਦਿੱਤੀ ਇਕੁਏਸ਼ਨ ਵਿੱਚ ਸਬਸਟਿਟਿਊਟ ਕਰ ਸਕਦਾ ਹਾਂ 1 over ih cross ek minus sin ਦੇ ਨਾਲ इंटीग्रेशन ऑफ़ माइनस एक्स करो ओवर टू साइ स्टार ओवर एक्स टाइमस एक्स टाइमस साई। मैं इस् ब्रैकेट प्लस इंटीग्रेष्न स्टार भी एक्स एक्स साई विच रखांगा जो कि पहली टर्म तो है ਇਸ ਦਰਮ ਦੇ ਅਨੁਸਾਰੀ ਹੈ ਦੂਸਰੀ ਟਰਮ ਲਈ ਮੈਂ ਮਾਈਨਸ ਇੰਟੀਗ੍ਰੇਸ਼ਨ ਐਚ ਕਰੋ ਸਕੁਅਰ ਟੂ ਓਵਰ 2 ਐਮ ਡੀ 2 ਸਾਈ ਓਵਰ ਡੀ ਐਕਸ ਸਕੁਅਰ ਲੈਣ ਜਾ ਰਿਹਾ ਹਾਂ ਮੈਂ ਇਸ ਆਈ ਨੂੰ ਡੀ ਟੀ ਟਾਈਮ ਐਕਸ ਟਾਈਮ ਦੁਆਰਾ ਲਿਖ ਰਿਹਾ ਹਾਂ ਇਸ ਲਈ ਸਾਈ ਸਟਾਰ ਮਾਈਨਸ ਇੰਟੀਗ੍ਰੇਸ਼ਨ ਸਾਈ ਸਟਾਰ ਵੀ ਐਕਸ ਸਾਈ ਸਾਈ ਡੀ ਐਕਸ ਮੈਂ ਆਈ ਐਚ ਕਰੋਸ ਲਿਆ ਹੈ ਚਲੋ ਹੁਣ ਵੇਖੀਏ ਇਹ ਬਿਲਕੁਲ ਠੀਕ ਹੈ ਸਿਵਾਏ ਇਸ ਦੇ ਕਿ ਸਾਈਨ ਪਲੱਸ ਹੋਣ ਜਾ ਰਿਹਾ ਹੈ ਇਸ ਲਈ ਇਹ ਠੀਕ ਹੈ ਹੁਣ ਮੈਂ ਦੂਸਰੀ ਟਰਮ ਨੂੰ ਰੱਦ ਕਰ ਸਕਦਾ ਹਾਂ ਅਤੇ ਜੋ ਮੇਰੇ ਕੋਲ ਬਚਿਆ ਹੈ ਉਹ ਹੈ d/dt(x) ਬਰਾਬਰ ਹੈ i/h ਕਰੋਸ 1/ ਦੇ ਮੈਂ ਇਸ ਨੂੰ i/h ਕਰੋਸ ਟਾਈਮਸ h ਕਰੋ ਸਕੁਅਰ/2m ਦੇ ਰੂਪ ਵਿੱਚ ਲਿਖਿਆ ਹੈ ਇੰਟੀਗ੍ਰੇਸ਼ਨ d2(y)/dx^2 ਐਕਸਰਸਾਈਜ਼ 1 माइनस डी टू साई स्टार ओवर डीएक्एकसाई डीएक्स है जो मेरे कोल बचा है जो मैं हासिल कर रहा हाँ वह डी बाई डी टी आफ एक्स है बराबर है आई ओवर एच करोस एच करोस स्कर ओवर टू एम इंटीग्रेस आफ डी टू साई ओवर डीएक्स x साइज स्टार माइनस डी 2 साइज स्टार ओवर डी एक्स स्क्वेयर एक्स आईडी एक्स जिसਨੂੰ ਕਿ ਮੈਂ आई एच ਕਰੋਸਓਵਰ टी एम ਇੰਟੀਗ੍ਰੇਸ਼ਨ ਆਫ ਦੇ ਰੂਪ ਵਿੱਚ ਲਿਖ ਸਕਦਾ ਹੈ ਮੈਨੂੰ ਡੀ ਬਾਈ ਡੀ ਐਕਸ ਲੈਂਡ ਦਿਓ ਅਤੇ ਅੰਦਰ ਮੈਂ ਡੀ ਸਾਈ ওভার ਡੀ ਐਕਸ ਐਕਸਰਸਾਈਸ ਸਟਾਰ ਮਾਈਨਸ ਡੀ ਸਾਈ ওভার ਡੀ ਡੀ ਐਕਸ ਐਕਸਰਸਾਈਸ ਵੀ ਐਕਸ ਹਾਸਲ ਕਰਦਾ ਹਾਂ ਇਹ ਪਹਿਲੀ ਟਰਮ ਹੈ ਹੁਣ ਮੈਨੂੰ ਕੁਝ ਸੁਧਾਰ ਕਰਨੇ ਪੈਣਗੇ ਕਿਉਂਕਿ ਇੱਥੇ ਵਾਧੂ ਟਰਮਸ ਦਿਖਾਈ ਦੇਣ ਜਾ ਰਹੀਆਂ ਹਨ ਇਸ ਲਈ ਆਈ ਐਚ ਕਰੋਸ ਓਵਰ 2 ਐਮ ਇੰਟੀਗ੍ਰੇਸ਼ਨ ਆਪ मैं घटा जा रहा हाँ इसलिए माइनस डी साई ओवर डी एक्स डी साई स्टार ओवर डी एक्स माइनस टाइमस एक्स माइनस डी ओवर डी एक्स टाइमस एक्सटाइमसाई स्टार माइनस माइनस प्लस डी साई स्टार ओवर डी एक्स डी साई ओवर डी एक्स टाइमस एक्स प्लस डी साई स्टार ओवर डी एक्स टाइम एसआई इंटीग्रेशन डी एक्स ਹੁਣ ਪਹਿਲੀ ਟਰਮ ਨੂੰ ਸਿੱਧੇ ਤੌਰ ਤੇ ਇੰਟੀਗ੍ਰੇਟਡ ਕੀਤਾ ਜਾ ਸਕਦਾ ਹੈ ਅਤੇ ਜੇਕਰ साई ਇਨਫਿਨਿਟੀ ਬਾਉਂਡਰੀ ਕੰਡੀਸ਼ਨ ਤੇ ਗਾਇਬ ਹੋ ਜਾਂਦਾ ਹੈ ਤਾਂ ਇਹ ਤੁਹਾਨੂੰ ਦਿੰਦੀ ਹੈ ਕਿ ਇਹ ਦੂਜੀ ਟਰਮ ਵਿੱਚ ਸਿਫਰ हो जा रही है ये दोवे टर्मस कैंसल हो जा रही हैं जो मेरे कोल बचिया है वो डी बाय डी टी आफ एक्स बराबर है आई एच करोस ओवर टू एम इंटीग्रेशन आप साई स्टार डी साई ओवर डी एक्स माइनस साइन प्लस दे नाल। d psi star over dx i integrated over dx ਦੂਜੀ ਟਰਮ d psi star over dx i dx ਨੂੰ ਇੰਟੀਗ੍ਰੇਸ਼ਨ ਆਫ d by dx ਆਫ psi star psi ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ psi star d psi over dx dx ਦੀ ਮਾਈਨਸ ਇੰਟੀਗ੍ਰੇਸ਼ਨ ਦੁਬਾਰਾ ਪਹਿਲਾ ਇੰਟੀਗਰਲ ਗਾਇਬ ਹੋ ਜਾਂਦਾ ਹੈ ਕਿਉਂਕਿ ਸਾਈ ਵੱਡੀ ਦੂਰੀ ਤੇ ਗਾਇਬ ਹੋ ਜਾਂਦਾ ਹੈ ਜੋ ਮੇਰੇ ਕੋਲ ਬਚਿਆ ਹੈ ਉਹ ਡੀ ਬਾਈ ਡੀਟੀ ਆਫ ਐਕਸ ਬਰਾਬਰ ਹੈ ਆਈ ਐਚ ਕਰੋਸ ਦੇ ਮਾਈਨਸ ਸਾਈ ਸਟਾਰ ਡੀ ਸਾਈ ਓਵਰ ਡੀ ਐਕਸ ਡੀ ਐਕਸ ਟਾਈਮਸ 2 ði ਓਵਰ 2 ਐਮ ਇੰਟੀਗ੍ਰੇਸ਼ਨ ਇਹ ਦੋਨੋਂ ਕੈਨਸਲ ਹੋ ਜਾਂਦੇ ਹਨ ਅਤੇ ਮੈਂ ਇਸ ਨੂੰ ਇੱਕ ਓਵਰ ਐਮ ਇੰਟੀਗ੍ਰੇਸ਼ਨ ਸਾਈ ਸਟਾਰ ਐਚ ਕਰੋਸ ਓਵਰ ਆਈ ਡੀ ਸਾਈ ਓਵਰ ਡੀ ਐਕਸ ਡੀ ਐਕਸ ਦੇ ਰੂਪ ਵਿੱਚ ਲਿਖ ਸਕਦਾ ਹਾਂ ਅਤੇ ਇਹ ਹੋਰ ਕੁਝ ਨਹੀਂ ਬਲਕਿ ਇੱਕ ਓਵਰ ਐਮ ਐਕਸਪੈਕਟੇਸ਼ਨ ਵੈਲਿਊ ਆਫ ਪੀ ਹੈ ਜੋ ਮੈਂ ਦਿਖਾਇਆ ਹੈ ਉਹ ਇਹ ਹੈ ਕਿ ਡੀ ਬਾਈ ਡੀ ਟੀ ਆਫ ਐਕਸ ਪੀ ਦੀ ਐਕਸਪੈਕਟੇਸ਼ਨ ਵੈਲਿਊ ਡਿਵਾਈਡਡ ਬਾਈ ਐਮ ਹੈ ਇਹ ਪਹਿਲੀ ਅਰਨਫੈਸਟ ਥਿਓਰਮ ਹੈ ਜੋ ਸਾਨੂੰ ਦੁਬਾਰਾ ਇਹ ਦੱਸਦੀ ਹੈ केपीडी एक्सपेक्टेशन वैल्यू ਜਾਂ एक्स ਦੀ एक्सपेक्टेशन वैल्यू ਇੱਕ ਪਾਰਟੀਕਲ ਦੇ ਮੋਮੈਂਟਮ ਅਤੇ ਪੋਜੀਸ਼ਨ ਦੀਆਂ ਐਵਰੇਜ ਵੈਲਿਊਸ ਵਜੋਂ ਮੰਨੀ ਜਾ ਸਕਦੀ ਹੈ। ਦੂਜੀ ਥਿਊਰਮ ਲਈ ਸਾਨੂੰ ਇਹ ਦਿਖਾਉਣਾ ਪਵੇਗਾ ਕਿ ਪੀ ਦੀ एक्सपेक्टेशन वैल्यू ਦਾ ਡੀ ਬਾਈ ਡੀਟੀ ਬਰਾਬਰ ਹੈ ਹੋਰ ਕੁਝ ਨਹੀਂ ਬਲਕਿ ਮਾਈਨਸ ਡੀ ਵੀ ਬਾਈ ਡੀ ਐਕਸ एक्सपेक्टेशन वैल्यू ਹੈ ਜੋ ਕਿ ਬਾਲਦੀ एक्सपेक्टेशन वैल्यू ਹੈ। ਅਰਨਫੈਸਟ ਦੀ ਦੂਜੀ ਥਿਓਰਮ ਨੂੰ ਸਾਬਤ ਕਰਨ ਲਈ ਅਸੀਂ ਦੁਬਾਰਾ ਉਹੀ ਕਰਦੇ ਹਾਂ ਜੋ ਅਸੀਂ ਪਹਿਲਾਂ ਪਹਿਲੀ ਥਿਓਰਮ ਨੂੰ ਸਾਬਤ ਕਰਨ ਲਈ ਪਹਿਲਾਂ ਕੀਤਾ ਸੀ ਅਤੇ ਉਹ ਹੈ ਕਿ ਪੀ ਦੇ ਡੀ ਬਾਈ ਡੀ ਟੀ ਨੂੰ ਲਿਖੋ ਕਿਉਂਕਿ ਇਸ ਐਕਸਪੈਕਟੇਸ਼ਨ ਵੈਲਿਊ ਦਾ ਡੀ ਬਾਈ ਡੀ ਟੀ ਜੋ ਕਿ ਸਾਈ ਸਟਾਰ ਐਚ ਕਰੋਸ ਓਵਰ ਆਈ ਡੀ ਸਾਈ ਓਵਰ ਡੀ ਐਕਸ ਡੀ ਐਕਸ ਹੈ ਅਤੇ ਇਸ ਨੂੰ ਇੰਟੀਗ੍ਰੇਸ਼ਨ ਡੇਲ ਸਾਈ ਸਟਾਰ ਓਵਰ ਡੇਲ ਟੀ h cross over i d i over dx d x plus integration sign star h cross over i d by dx d x of d i over d t d x de barabar phailaya ja sakta hai main x ate t de sambandh vich partial derivative nu badal da ha ke assi d i star Dt d t ate d i over d t nu likhan layi agle padha kar sakde ha ਟਾਈਮ ਡਿਪੈਂਡੈਂਟ ਸ਼ਰੋਡਿੰਗਰ ਇਕੁਏਸ਼ਨ ਦੀ ਵਰਤੋਂ ਕਰਦੇ ਹੋਏ ਜਿਵੇਂ ਅਸੀਂ ਪਹਿਲਾਂ ਕੀਤਾ ਸੀ ਅਤੇ ਤੁਸੀਂ ਅਜਿਹਾ ਕਰਦੇ ਹੋ ਅਤੇ ਇਸ ਨੂੰ ਇਕੁਏਸ਼ਨ ਵਿੱਚ ਸਬਸਟਿਟਿਊਟ ਕਰਦੇ ਹੋ ਅਤੇ ਤੁਹਾਨੂੰ ਡੀ ਬਾਈ ਡੀਟੀਪੀ ਬਰਾਬਰ ਮਿਲਦਾ ਹੈ ਮੈਨੀਪੂਲੇਸ਼ਨ ਅਤੇ ਪਾਰਸ਼ੀਅਲ ਇੰਟੀਗ੍ਰੇਸ਼ਨ ਅਤੇ ਇਸ ਸਭ ਤੋਂ ਬਾਅਦ ਤੁਹਾਨੂੰ ਇਹ ਮਾਈਨਸ ਡੀ ਵੀ ਬਾਈ ਡੀ ਐਕਸ ਐਕਸਪੈਕਟੇਸ਼ਨ ਵੈਲਿਊ ਮਿਲਦੀ ਹੈ ਜੋ ਕਿ ਹੋਰ ਕੁਝ ਨਹੀਂ ਬਲਕਿ ਸਾਈ سٹਾਰ ਡੀ ਵੀ ਡੀ ਐਕਸ ਆਈ ਡੀ ਐਕਸ ਦੀ ਇੰਟੀਗ੍ਰੇਸ਼ਨ ਹੈ ਜੋ ਕਿ ਅਰਨਫੈਸਟ ਦੀ ਦੂਜੀ ਥਿਉਰਮ ਹੈ ਜੋ ਕਿ ਤੁਹਾਨੂੰ ਦੱਸਦੀ ਹੈ ਕਿ ਪੀਡੀ ਐਵਰੇਜ ਵੈਲਿਊ ਜਾਂ ਫਿਰ ਪੀਡੀ ਐਕਸਪੈਕਟੇਸ਼ਨ ਵੈਲਿਊ ਨਿਊਟਨ ਦੇ ਨਿਯਮਾਂ ਅਨੁਸਾਰ ਬਦਲਦੀ ਹੈ ਮੈਂ ਇੱਥੇ ਡੈਰੀਵੇਸ਼ਨ ਨਹੀਂ ਕੀਤੀ ਹੈ ਅਤੇ ਇਸ ਨੂੰ ਛੱਡ ਰਿਹਾ ਹਾਂ ਜਿਸ ਵਿੱਚ ਇੱਕ ਐਕਸਰਸਾਈਜ਼ ਹੈ ਕਿਉਂਕਿ ਇਹ ਇੱਕ ਬਹੁਤ ਹੀ ਸਧਾਰਨ ਡੈਰੀਵੇਸ਼ਨ ਹੈ ਹਾਲਾਂਕਿ ਇਹ ਥੋੜਾ ਲੰਬੀ ਹੈ ਮੈਂ ਇਸ ਨੂੰ ਤੁਹਾਡੇ ਲਈ ਛੱਡਦਾ ਹਾਂ ਜੋ ਅਸੀਂ ਇਸ ਲੈਕਚਰ ਵਿੱਚ ਦਿਖਾਇਆ ਹੈ ਉਹ ਇਹ ਨਤੀਜਾ ਹੈ ਕਿ ਐਕਸਾਤੇ ਪੀ ਡੀ ਬਾਈ ਡੀਟੀ ਦੇ ਰੂਪ ਵਿੱਚ ਸੰਬੰਧਿਤ ਹਨ ਕਿਉਂਕਿ ਅਮ ਦੁਆਰਾ ਪੀਡੀ ਐਕਸਪੈਕਟੇਸ਼ਨ ਵੈਲਿਊ ਅਤੇ ਦੋ ਕਿਉਂਕਿ ਪੀਡੀ ਐਕਸਪੈਕਟੇਸ਼ਨ ਵੈਲਿਊ ਦਾ ਡੀ ਬਾਈ ਡੀਟੀ ਹੋਰ ਕੁਝ ਨਹੀਂ ਬਲਕਿ ਬਲਦੀ ਐਕਸਪੈਕਟੇਸ਼ਨ ਵੈਲਿਊ ਹੈ ਜੋ ਕਿ ਸਾਈ ਸਟਾਰ ਮਾਈਨਸ ਡੀ ਵੀ ਬਾਈ ਡੀ ਐਕਸ ਆਈ ਡੀ ਐਕਸ ਦੇ ਸਮਾਨ ਹੈ ਇਹ ਤੁਹਾਨੂੰ ਦੁਬਾਰਾ ਦੱਸਦਾ ਹੈ ਕਿ ਇਹ ਮਾਤਰਾਵਾਂ ਸਟੇਟ ਸਾਈਨ ਵਿੱਚ ਇੱਕ ਪਾਰਟੀਕਲ ਲਈ ਐਵਰੇਜ ਪੀ ਅਤੇ ਐਵਰੇਜ ਐਕਸ ਹਨ